लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। गुरु जी का खालसा, वाहेगुरु जी की फतेह। अंग है 382, हुण तक 46 शब्द संपूर्ण होए ने पंचम पातशाह दे। आसा महला पंजवा, अमृत नाम तुम्हारा ठाकुर, ए महारस जने पियो। आसा महला पंजवा, अमृत नाम तुम्हारा ठाकुर, अमृत नाम तुम्हारा ठाकुर, यह महारस जन है पियो, महारस जन है पियो, जन्म जन्म चूके पै पारे, जन्म चूके पै पारे, दुर्त बिनास्यो परम बियो, दर्शन पेखत मैं जियो, दर्शन पेखत मैं जियो, सुनकर वचन तुम्हारे सतगुर, सुनकर वचन तुम्हारे सतगुर, मन तन मेरा ठार थियो, मन तन मेरा ठार थियो, रहाओ तुमरी कृपा ते भयो साध संग, यह काज तुम आप कियो, दृढ़ कर चरण गहे प्रभु तुमरे, सहजे बिखया भई कियो, सुख निदान नाम प्रभु तुमरा, ए अविनाशी मंत्र लियो, कर कृपा मोहे सतगुर दीना, ताप संताप मेरा वैर गियो, तन सो मानस देही पाई, जित प्रब अपना मेल लियो, तन सो कल युग साध संग कीर्तन गाइए, नानक नाम आधार हियो, आसा महला पंजवा, अमृत नाम तुम्हारा ठाकुर, ए महारस जने पियो, जन्म जन्म चूके पै भारे, दुर्त बिनास्यो कर्म बियो।
ਪੰਚਮ ਪਾਤਸ਼ਾਹ ਮਹਾਰਾਜ ਇੱਥੇ ਨਾਮ ਰਸ ਦੀ ਗੱਲ ਕਰਦੇ ਨੇ। ਇਹ ਪ੍ਰਭੂ ਜੀਓ, ਤੇਰਾ ਨਾਮ ਸਾਨੂੰ ਅੰਮ੍ਰਿਤ ਵਰਗਾ ਹੈ, ਮੌਤ ਦਾ ਭੈ ਦੂਰ ਕਰ ਦੇਣ ਵਾਲਾ ਹੈ। ਅੰਮ੍ਰਿਤ ਨਾਮ ਤੁਮਾਰਾ ਠਾਕੁਰ, ਇਸ ਸੰਸਾਰ ਦੇ ਮਾਲਕਾ ਤੇਰਾ ਨਾਮ ਅੰਮ੍ਰਿਤ ਹੈ। ਇਹ ਮਹਾਰਸ ਜਨੈ ਪੀਓ, ਇਹ ਸਭ ਤੋਂ ਉੱਤਮ ਰਸ ਹੈ, ਮਹਾਰਸ ਹੈ, ਜਿਹੜੇ ਤੇਰੇ ਦਾਸ ਨੇ ਇਹ ਪੀਂਦੇ ਨੇ। ਜਨੈ, ਤੇਰੇ ਸੇਵਕਾਂ ਨੇ ਇਹ ਨਾਮ ਰਸ ਪੀਤਾ। ਜਨਮ ਜਨਮ ਚੂਕੇ ਭੈ ਭਾਰੇ, ਜਨਮਾਂ ਜਮਾਂਤਰਾਂ ਦੇ ਭੈ ਡਰ ਇਹ ਭਾਰ, ਵਿਕਾਰਾਂ ਦੇ ਹਉਮੈ ਦੇ ਹੰਕਾਰ ਦੇ ਚੱਕੇ ਗਏ। ਦੁਰਤ ਬਨਾਸਿਓ ਭਰਮ ਬੀਓ, ਅਤੇ ਮਾਲਕ ਨੇ ਅੰਦਰਲੇ ਪਾਪ ਚਲੇ ਗਏ, ਦੁਐਤ ਭਾਵ ਚਲੇ ਗਏ। ਜਿਨ੍ਹਾਂ ਨੇ ਨਾਮ ਰਸ ਨੂੰ ਪੀਤਾ ਉਹਨਾਂ ਦੇ ਅੰਦਰ ਇਹ ਤਬਦੀਲੀ ਆ ਗਈ, ਉਹਨਾਂ ਦੀ ਬਿਰਤੀ ਚੇਂਜ ਹੋ ਗਈ, ਉਹਨਾਂ ਅੰਦਰੋਂ ਭੈੜੀ ਬਿਰਤੀ ਨੈਗੇਟਿਵ ਬਿਰਤੀ ਚਲੀ ਗਈ। ਇਹ ਕਰਕੇ ਦੁਵੈਤ ਭਾਵ, ਆਪਣਾ ਬਗਾਨਾ, ਚੰਗਾ ਮਾੜਾ ਬਿਣਸ ਗਿਆ। ਹੁਣ ਉਹ ਦੂਜਿਆਂ ਦੇ ਔਗੁਣ ਨਹੀਂ ਤਾਰਦਾ, ਹੁਣ ਉਹ ਦੂਜਿਆਂ ਦੇ ਔਗੁਣਾਂ ਨੂੰ ਪਾ ਕੇ ਛੱਜ ਵਿੱਚ ਛੱਡਦਾ ਨਹੀਂ, ਉਹ ਆਪਣੇ ਔਗੁਣਾਂ ਵੱਲ ਖਿਆਲ ਰੱਖਦਾ। ਉਹ ਨਾਮ ਨਾਲ ਜੁੜਿਆ ਹੋਇਆ, ਰਸ ਵਿੱਚ ਭਿੱਜਿਆ ਹੋਇਆ। ਦਰਸ਼ਨ ਪੇਖਤ ਮੈਂ ਜੀਓ, ਹੇ ਪ੍ਰਭੂ ਮੈਂ ਤੇ ਹੁਣ ਤੇਰਾ ਦਰਸ਼ਨ ਦੇਖ ਦੇਖ ਕੇ ਹੀ ਜਿਉਂਦਾ, ਆਖਾਂ ਜੀਵਾਂ ਵਿਸਰੈ ਮਰ ਜਾਂ, ਮੇਰਾ ਤੇ ਜੀਵਨ ਹੀ ਬਣ ਗਿਆ। ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਥੀਓ। ਹੇ ਸਤਿਗੁਰੂ ਜੀਓ, ਤੁਹਾਡੇ ਬਚਨ ਸੁਣ ਕੇ, ਤੁਹਾਡੇ ਬੋਲ ਸੁਣ ਕੇ, ਬਾਣੀ ਸੁਣ ਕੇ ਮੇਰਾ ਤਨ ਅਤੇ ਮਨ ਦੋਵੇਂ ਠਰ ਗਏ, ਸ਼ਾਂਤ ਹੋ ਗਏ, ਠੰਡੇ ਹੋ ਗਏ। ਕਿਸੇ ਵੀ ਕਿਸਮ ਦੀ ਭੁੱਖ, ਆਤਮਕ ਸਰੀਰਕ ਮਾਨਸਿਕ, ਹੁਣ ਕੋਈ ਭੁੱਖ ਪਦਾਰਥਾਂ ਦੀ ਨਾ ਰਹੀ ਹੈ। ਹੁਣ ਇਹ ਤ੍ਰਿਸ਼ਨਾਵਾਂ ਦੀ ਅੱਗ ਵਿੱਚ ਨਹੀਂ ਬਲਦਾ, ਹੁਣ ਇਹ ਈਰਖਾ ਦੀ ਅੱਗ ਵਿੱਚ ਨਹੀਂ ਬਲਦਾ, ਤੇਰੇ ਅੰਦਰ ਦੀ ਅੱਗ ਖਤਮ ਹੋ ਗਈ। ਵਿਸਰ ਗਈ ਸਭ ਤਾਕ ਪਰਾਈ, ਜਦ ਤੇ ਸਾਧ ਸੰਗਤ ਹੋਈ ਪਾਈ। ਜਦੋਂ ਦੀ ਮੈਂ ਸਾਧ ਸੰਗਤ ਪਾਈ, ਮੇਰੇ ਅੰਦਰ ਦੀ ਤਾਤ ਸਾੜਾ, ਈਰਖਾ ਦੁਐਤ ਭਾਵ ਸਭ ਚਲੇ ਰਹਾਓ। ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹ ਕਾਜ ਤੁਮ ਆਪ ਕੀਓ। ਦੇਖੋ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ, ਤੁਸੀਂ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਜੀ, ਤੁਹਾਡੀ ਕਿਰਪਾ ਨਾਲ ਸਾਧ ਸੰਗਤ ਪ੍ਰਾਪਤ ਹੋਈ ਹੈ। ਮੈਂ ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜਾਏ। ਅਤੇ ਮਹਾਰਾਜ ਸਾਧ ਸੰਗਤ ਦੀ ਪਰਿਭਾਸ਼ਾ ਵੀ ਦਿੰਦੇ ਨੇ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਸਤਿਗੁਰੂ ਦੀਆ ਬੁਝਾਏ ਜੀ। ਕਿਸੇ ਵੀ ਕਿਸਮ ਦਾ ਭਰਮ ਭੁਲੇਖਾ ਮਨ ਅੰਦਰ ਨਹੀਂ ਰਹਿਣ ਦਿੱਤਾ, ਫਿਰ ਵੀ ਪਤਾ ਨਹੀਂ ਕਿਉਂ ਦੁਨੀਆ ਅਜੇ ਵੀ ਭੁਲੇਖਿਆ 'ਚ ਹੈ। ਮਹਾਰਾਜ ਨੇ ਕਿਹਾ ਨਹੀਂ, ਲਿਖ ਕੇ ਦੇ ਗਏ ਸਾਨੂੰ, ਸਾਨੂੰ ਲਿਖ ਕੇ ਦੇ ਗਏ ਕਿ ਜਿਹੜਾ ਵੀ ਪੜ੍ਹੇਗਾ, ਸੁਣੇਗਾ, ਵਿਚਾਰੇਗਾ, ਆਪਣੇ ਹਿਰਦੇ ਵਿੱਚ ਧਾਰਨ ਕਰ ਲਏਗਾ, ਪ੍ਰੈਕਟੀਕਲੀ ਜੀਵਨ ਇਸ ਤਰ੍ਹਾਂ ਜਿਉਂ ਲਏਗਾ, ਉਹ ਨਾਮ ਰਸ ਨੂੰ ਪ੍ਰਾਪਤ ਕਰ ਲਏਗਾ। ਪਰ ਇੱਥੇ ਅਵਸਥਾ ਇਹ ਹੁੰਦੀ, ਕਿਉਂਕਿ ਸਾਡੀ ਮੈਂ ਜਿਹੜੀ ਅਜੇ ਉਹ ਇੰਨੀ ਪ੍ਰਬਲ ਹੈ ਕਿ ਉਹ ਸਾਨੂੰ ਸੰਗਤ ਵਿੱਚ ਨਹੀਂ ਆਉਣ ਦਿੰਦੀ। ਇੱਥੇ ਮਹਾਰਾਜ ਕਹਿੰਦੇ, ਤੁਸੀਂ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਹੇ ਪ੍ਰਭੂ ਜੀਓ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਤੇਰੀ ਕਿਰਪਾ ਹੋਈ, ਸਾਨੂੰ ਗੁਰੂ ਦਾ ਸੰਗ ਮਿਲਿਆ। ਇਹ ਕਾਜ ਤੁਮ ਆਪ ਕੀਓ,
ਇਹ ਕਾਰਜ ਇੱਥੇ ਲੈ ਕੇ ਆਉਣ ਦਾ, ਸਾਧ ਸੰਗਤ ਵਿੱਚ ਲੈ ਕੇ ਆਉਣ ਦਾ, ਗੁਰੂ ਕੋਲ ਲੈ ਕੇ ਆਉਣ ਦਾ ਕਾਰਜ ਵੀ ਤੁਸੀਂ ਆਪ ਹੀ ਕੀਤਾ। ਸਾਡੀ ਮੱਤ ਇੰਨੀ ਨਹੀਂ ਸੀ, ਜੇ ਕਿਤੇ ਇੰਨੀ ਮੱਤ ਵਾਲੇ ਹੁੰਦੇ ਮਗਰ ਆਪਣੇ ਲਈ ਆ ਜੇ ਮਿਲਿਆ ਵਿਛੜ ਕਿਉਂ ਰਵਾਨੀ, ਫਿਰ ਵਿਛੜ ਕੇ ਰੋਣ ਦਾ ਫਾਇਦਾ ਕੀ ਸੀ, ਫਿਰ ਤਾਂ ਰੋਂਦੇ ਕਿਉਂ ਅਸੀਂ, ਜੇ ਇੰਨੀ ਅਕਲ ਹੁੰਦੀ ਫਿਰ ਤਾਂ ਕਰ ਲੈਂਦੇ। ਪਰ ਇਹ ਤੁਹਾਡੀ ਕਿਰਪਾ, ਤੁਸੀਂ ਬਖਸ਼ਿਸ਼ ਕੀਤੀ। ਦ੍ਰਿੜ ਦ੍ਰਿੜ ਕਰ ਚਰਨ ਗਏ ਪ੍ਰਭ ਤੁਮਰੇ ਸਹਿਜੇ ਵਿਖਿਆ ਭਈ ਖਿਓ, ਕਿ ਸੰਗਤ ਵਿੱਚ ਆ ਕੇ ਹੇ ਪ੍ਰਭੂ ਜੀਓ ਮੈਂ ਤੁਹਾਡੇ ਚਰਨ ਘੁੱਟ ਕੇ ਫੜ ਲਏ, ਦ੍ਰਿੜ ਕਰ ਲਏ, ਗੁਰੂ ਦੇ ਮਾਰਗ ਨੂੰ ਦ੍ਰਿੜ ਕਰ ਲਿਆ, ਪੱਕਾ ਕਰ ਲਿਆ, ਮਨ ਵਿੱਚ ਯਕੀਨ ਕਰ ਲਿਆ। ਫਿਰ ਅੰਦਰਲੀ ਜਿਹੜੀ ਵਿਖਿਆ ਸੀ, ਜ਼ਹਿਰ ਸੀ ਮਾਇਆ ਦੀ, ਉਹ ਹੁਣ ਖਤਮ ਹੋ ਗਈ। ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹ ਬਨਾਸੀ ਮੰਤਰ ਲਿਓ। ਸੰਗਤ ਵਿੱਚ ਆ ਕੇ ਗੁਰੂ ਦੇ ਕੋਲ ਬੈਠ ਕੇ ਬਾਣੀ ਨੂੰ ਪੜ੍ਹਿਆ, ਵਿਚਾਰਿਆ, ਦੇਖਿਆ ਅਤੇ ਕਹਿੰਦੇ ਇੱਕ ਮੰਤਰ ਮਿਲਿਆ, ਸਾਨੂੰ ਸਲਾਹ ਮਿਲੀ ਨਾ ਨਾਸ਼ ਹੋਣ ਵਾਲੀ, ਕਿ ਤੇਰਾ ਨਾਮ ਸੁੱਖ ਨਿਧਾਨ ਹੈ, ਸੁੱਖਾਂ ਦਾ ਖਜ਼ਾਨਾ ਹੈ। ਨੌਵੇਂ ਪਾਤਸ਼ਾਹ ਮਾਰੇ ਕਹਿੰਦੇ ਜੋ ਸੁੱਖ ਕਹੋ ਚਾਹੈ ਸਦਾ ਸ਼ਰਨ ਰਾਮ ਕੀ ਦੇ, ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ, ਉਹਦਾ ਨਾਮ ਸੁੱਖ ਨਿਧਾਨ ਹੈ। ਨਿਹੰਗਾਂ ਵਾਲਾ ਸੁੱਖ ਨਿਧਾਨ ਨਹੀਂ, ਵੀ ਸੁੱਖਾ ਘੋਟ ਕੇ ਪੀ ਲਿਆ ਤਾਂ ਸੁੱਖ ਨਿਧਾਨ, ਇਹ ਸੁੱਖ ਨਿਧਾਨ ਨਾਮ ਨੂੰ ਕਹਿੰਦੇ ਨੇ ਮਹਾਰਾਜ, ਜਿਹਨੂੰ ਮਿਲ ਕੇ ਸੁੱਖਾਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਸੁੱਖ ਨਿਧਾਨ ਨਾਮ ਪ੍ਰਭ ਤੁਮਰਾ ਇਹ ਅਵਿਨਾਸੀ ਮੰਤਰ ਲਿਓ, ਕਰ ਕਿਰਪਾ ਮੁਇ ਸਤਿਗੁਰ ਦੀਨਾ, ਤਾਪ ਸੰਤਾਪ ਮੇਰਾ ਬੈਰ ਗਿਓ। ਪਰ ਇਹ ਨਾਮ ਵੀ ਉਸ ਵਾਹਿਗੁਰੂ ਅਕਾਲ ਪੁਰਖ ਨੇ ਸਤਿਗੁਰੂ ਦੁਆਰਾ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕਰ ਕਿਰਪਾ ਮੁਇ ਸਤਿਗੁਰ ਦੀਨਾ, ਇਹ ਸਤਿਗੁਰੂ ਨੇ ਕਿਰਪਾ ਕਰਕੇ ਇਹ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਤਾਪ ਸੰਤਾਪ, ਹੁਣ ਸਾਡੇ ਅੰਦਰਲੇ ਤਾਪ ਨੇ ਤਿੰਨ ਪ੍ਰਕਾਰ ਦੇ, ਆਦ ਵਿਆਦ ਉਪਾਦ, ਤੇ ਮਹਾਰਾਜ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਗਣ ਕੋ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ। ਤੇ ਸੰਤਾਪ ਨੇ ਕੀਤੇ ਹੋਏ ਕਰਮਾਂ ਦੇ ਭੋਗ, ਜਿਨ੍ਹਾਂ ਨੂੰ ਫਿਰ ਭੋਗ ਕੇ ਬੰਦਾ ਸਾਰੀ ਉਮਰ ਪਛਤਾਵਾ ਕਰਦਾ ਰਹਿੰਦਾ। ਤੇ ਤੀਜੇ ਪਾਤਸ਼ਾਹ ਮਹਾਰਾਜ ਅਸੀਂ ਹਰ ਰੋਜ਼ ਪੜ੍ਹਦੇ ਹਾਂ ਅਨੰਦ ਸਾਹਿਬ ਵਿੱਚ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਂ ਤਾਈ ਹੈ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਮਹਾਰਾਜ ਵਾਰ ਵਾਰ ਸਾਨੂੰ ਸਮਝਾਉਂਦੇ ਨੇ ਕਿ ਇਹੋ ਜਿਹਾ ਕੰਮ ਨਾ ਕਰ ਬੈਠੀ ਜਿਹੜਾ ਸਾਰੀ ਉਮਰ ਤੇਰੇ ਕੋਲ ਪਛਤਾਵਾ ਬਣਿਆ ਰਹੇ। ਇਸ ਕਰਕੇ ਨਾਮ ਜਪਣ ਨਾਲ ਜਦੋਂ ਗੁਰੂ ਨੇ ਕਿਰਪਾ ਕੀਤੀ, ਨਾਮ ਦੀ ਬਖਸ਼ਿਸ਼ ਪ੍ਰਾਪਤ ਹੋਈ, ਕਹਿੰਦੇ ਤਾਪ ਅਤੇ ਸੰਤਾਪ ਮੇਰਾ ਬੈਰ ਗਿਓ, ਅੰਦਰਲੇ ਬੈਰ ਵੀ ਚਲੇ ਗਏ, ਕਿਸੇ ਕਿਸਮ ਦਾ ਬੈਰ ਵਿਰੋਧ ਹੁਣ ਕਿਸੇ ਪ੍ਰਤੀ ਕੋਈ ਨਾ ਰਿਹਾ, ਮਨ ਖਾਲੀ ਹੋ ਗਿਆ। ਧੰਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣਾ ਮੇਲ ਲਿਓ। ਤੇ ਪੰਚਮ ਪਾਤਸ਼ਾਹ ਕਹਿੰਦੇ ਇਹ ਦੇਹੀ ਵੀ ਹੁਣ ਧੰਤਾ ਦੇ ਯੋਗ ਹੋ ਗਈ, ਜਿਹਦੇ ਦੁਆਰਾ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਕਰਕੇ ਮੈਂ ਆਪਣੇ ਪ੍ਰਭੂ ਨੂੰ ਪਾ ਲਿਆ, ਨਹੀਂ ਤੇ ਫਿਰ ਮਾਰ ਕਹਿੰਦੇ ਇਹ ਸਰੀਰਾ ਮੇਰਿਆ ਇਸ ਯੁੱਗ ਮੈਂ ਆਇਕ ਹੈ, ਕੀ ਤੂੰ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਤੇਰਾ ਰਚਨ ਰਚਿਆ ਸੋ ਹਰ ਮਨ ਅਨੁਸਾਰ। ਕਹਿੰਦੇ ਹੁਣ ਇਹ ਦੇਹੀ ਵੀ ਭਾਗਾਂ ਵਾਲੀ ਹੋ ਗਈ, ਧਨਸ ਹੋ ਗਈ, ਧਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣਾ ਮੇਲ ਲਿਓ। ਧੰਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ, ਨਾਨਕ ਨਾਮ ਆਧਾਰ ਜੀਓ।
ਤੇ ਮਹਾਰਾਜ ਕਹਿੰਦੇ ਇਹ ਸਮਾਂ ਜਿਹਨੂੰ ਕਲਯੁੱਗ ਦਾ ਭਿਆਨਕ ਸਮਾਂ ਕਹਿੰਦੇ ਨੇ ਨਾ, ਕਹਿੰਦੇ ਸਾਡੇ ਲਈ ਤਾਂ ਇਹ ਵੀ ਧੰਨਤਾ ਦੇ ਹੋ ਗਿਆ, ਕਿਉਂਕਿ ਇਹਦੇ ਵਿੱਚ ਆ ਕੇ ਜਦੋਂ ਅਸੀਂ ਸਾਧ ਸੰਗਤ ਵਿੱਚ ਆ ਕੇ ਉਸ ਪਰਮਾਤਮਾ ਦੀ ਕੀਰਤੀ ਕੀਤੀ, ਵਡਿਆਈ ਕੀਤੀ, ਅਤੇ ਪੰਜਵੇਂ ਨਾਨਕ ਮਹਾਰਾਜ ਕਹਿੰਦੇ ਭਾਈ ਸਾਨੂੰ ਤਾਂ ਨਾਮ ਦਾ ਆਧਾਰ ਹੋ ਗਿਆ, ਆਸਰਾ ਮਿਲ ਗਿਆ, ਹੁਣ ਇਹ ਸਾਡਾ ਸਮਾਂ ਸਫਲ ਹੋ ਗਿਆ। ਹਾਂਜੀ, ਆਸਾ ਮਹੱਲਾ ਪੰਜਵਾਂ, ਆਗੈ ਹੀਤ ਸਭ ਕਿਛ ਹੁਆ, ਅਵਰ ਕੈ ਜਾਣੈ ਗਿਆਨਾ, ਭੂਲ ਚੂਕ ਆਪਣਾ ਬਾਰਕ, ਭੂਲ ਚੂਕ ਆਪਣਾ ਬਾਰਕ ਬਖਸ਼ਿਆ, ਪਾਰ ਬ੍ਰਹਮ ਭਗਵਾਨਾ, ਸਤਿਗੁਰ ਮੇਰਾ ਸਦਾ ਦਿਆਲਾ, ਮੋਹ ਦੀਨ ਕੋ ਰਾਖ ਲਿਆ, ਕਾਟਿਆ ਰੋਗ ਮਹਾਂ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦਿਆ, ਰਹਾਉ ਅਨਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਕਤ ਪਏ, ਅੰਧਕੂਪ ਮਹਾਂਘੋਰ ਤੇ, ਫਕਰ ਗੁਰ ਕਾਢ ਲੀਏ, ਨਿਰਭਉ ਭਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ, ਗੁਣ ਨਿਧਾਨ ਸਾਹਿਬ ਮਨ ਮੇਲਾ, ਸਰਨ ਪਾਇਆ ਨਾਨਕ ਸੋਹੇਲਾ। ਆਸਾ ਮਹੱਲਾ ਪੰਜਵਾਂ, ਆਗੈ ਹੀ ਤੇ ਸਭ ਕੁਛ ਹੁਆ, ਅਵਰ ਕੇ ਜਾਣੈ ਗਿਆਨਾ, ਭੂਲ ਚੂਕ ਆਪਣਾ ਬਾਰਕ ਬਖਸ਼ਿਆ, ਪਾਰ ਬ੍ਰਹਮ ਭਗਵਾਨਾ। ਤੇ ਮਹਾਰਾਜ ਕਹਿੰਦੇ ਭਾਈ ਜੋ ਹੋਣਾ ਉਹ ਤੇ ਪਹਿਲਾਂ ਸਭ ਕੁਝ ਨਿਸ਼ਚਿਤ ਹੈ। ਹਰ ਚੀਜ਼ ਆਪਾਂ ਪਿੱਛੇ ਪੜ੍ਹਾਏ ਹਾਂ ਕਿ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਗਰਭ ਭਇਆ ਧਨਵਾਸ। ਜਦੋਂ ਸਾਡਾ ਵਾਸ ਮਾਤਾ ਦੇ ਪੇਟ ਵਿੱਚ ਹੋਇਆ ਉਦੋਂ ਤੋਂ ਹੀ ਮੈਨੂਫੈਕਚਰ ਬਣਿਆ ਸਾਡਾ, ਉਦੋਂ ਤੋਂ ਹੀ ਸਭ ਕੁਝ ਨਿਸ਼ਚਿਤ ਹੈ ਕਿ ਸਾਡੀ ਉਮਰ ਕਿੰਨੀ ਹੈ, ਕਿੰਨਾ ਚਿਰ ਜਿਉਣਾ ਹੈ, ਕਿੰਨਾ ਚਿਰ ਕਰਨਾ ਹੈ। ਜੋ ਸਾਡੇ ਕਰਮਾਂ ਦਾ ਲੇਖਾ ਸਾਡੇ ਮਿਲਦਾ, ਸਾਡਾ ਸੁਭਾਅ, ਸਾਡੀ ਬਿਰਤੀਆਂ, ਉਹ ਸਾਡੇ ਜੀਨਸ ਤੋਂ ਜੋ ਸਾਨੂੰ ਮਿਲੀਆਂ ਉਹ ਇੱਕ ਨੈਚੁਰਲ ਨੇ। ਪਰ ਗੁਰੂ ਨੇ ਕਿਰਪਾ ਕਰ ਦੇਵੇ, ਕਿਤੇ ਬਖਸ਼ਿਸ਼ ਕਰ ਦੇ, ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ, ਸੰਗਤ ਵਿੱਚ ਆਏ, ਤਾਂ ਬਹੁਤ ਕੁਝ ਬਦਲ ਵੀ ਜਾਂਦਾ, ਬਹੁਤ ਸਾਰੀਆਂ ਆਦਤਾਂ
ਬਹੁਤ ਸਾਰੇ ਸੁਭਾਅ ਨੇ ਜਿਹੜੇ ਉਹ ਬਦਲਦੇ ਨੇ, ਜ਼ਿੰਦਗੀ ਦਾ ਬਹੁਤ ਪਲਟਾ ਆਉਂਦਾ ਹੈ, ਪਰ ਇਹ ਸਭ ਕੁਝ ਨਿਸ਼ਚਿਤ ਹੈ ਕਿਉਂਕਿ ਉਸ ਮਾਲਕ ਵੱਲੋਂ ਸਭ ਕੁਝ ਹੋਇਆ ਹੋਇਆ, ਸਭ ਕੁਛ ਨਿਸ਼ਚਿਤ ਹੈ। ਫਿਰ ਡਰਨਾ ਕਿਉਂ ਹੈ ਜੀ? ਫਿਰ ਅਸੀਂ ਪੱਤਰੀਆਂ ਕਿਉਂ ਬਣਵਾਉਂਦੇ ਹਾਂ? ਫਿਰ ਅਸੀਂ ਥਾਂ ਥਾਂ 'ਤੇ ਜਾ ਕੇ ਹੱਥ ਕਿਉਂ ਵਿਖਾਉਂਦੇ ਹਾਂ? ਫਿਰ ਅਸੀਂ ਵਾਰ ਵਾਰ ਜਾ ਕੇ ਪੁੱਛਿਆਵਾਂ ਕਿਉਂ ਲੈਂਦੇ ਹਾਂ? ਜਿਹੜੇ ਦੱਸਣ ਵਾਲੇ ਨੇ ਪਤਾ ਤਾਂ ਉਹਨਾਂ ਨੂੰ ਨਹੀਂ ਹੈਗਾ, ਪਤਾ ਕਿਸੇ ਨੂੰ ਵੀ ਨਹੀਂ ਹੈ, ਪਰ ਇੱਕ ਮਨ ਦਾ ਡਰ ਪਿਆ ਹੋਇਆ। ਇੱਥੇ ਹੁਣ ਮਹਾਰਾਜ ਕਹਿੰਦੇ ਆਗਿਆ ਹੀ ਤੇ ਸਭ ਕੁਛ ਹੋਆ, ਪਹਿਲਾਂ ਤੋਂ ਸਭ ਕੁਝ ਨਿਸ਼ਚਿਤ ਹੈ। ਅਵਰ ਕੇ ਜਾਣਾ ਗਿਆਨਾ, ਹੋਰ ਗਿਆਨ ਕੋਈ ਜਾਣਦਾ? ਕੋਈ ਜਾਣ ਦੀ ਗੱਲ ਨਹੀਂ, ਇਹ 'ਚ ਕੋਈ ਹੈ ਜਾਣ ਸਕਦਾ ਕਿ ਕੱਲ੍ਹ ਨੂੰ ਕੀ ਹੋਣਾ ਹੈ? ਕੱਲ੍ਹ ਨੂੰ ਕੀ ਛੱਡੋ, ਅੰਦਰ ਗਿਆ ਸਾਹ ਵਾਪਸ ਮੁੜੇਗਾ ਕਿ ਨਹੀਂ ਮੁੜੇਗਾ ਕਿਸੇ ਨੂੰ ਨਹੀਂ ਪਤਾ। ਢੋਲ ਚੂਕ ਆਪਣਾ ਬਾਰਕ ਬਖਸ਼ਿਆ ਪਾਰ ਭਰਮ ਭਗਵਾਨਾ, ਪਰ ਜੇ ਕੋਈ ਭੁੱਲ ਚੁੱਕ ਕਰ ਬੈਠਦਾ, ਕਿਉਂਕਿ ਕੀਤੇ ਹੋਏ ਕਰਮਾਂ ਵਿੱਚ ਅਸੀਂ ਆਹ ਉਸ ਤਰ੍ਹਾਂ ਅਰਦਾਸ ਕਰਦੇ ਹਾਂ ਹਰ ਰੋਜ਼ ਕਿ ਸੱਚੇ ਪਾਤਸ਼ਾਹ ਜੀ, ਉਹ ਚਾਰ ਪਹਿਰ ਦਿਨ ਬਤੀਤ ਹੋਇਆ, ਚਾਰ ਪਹਿਰ ਰਾਤ ਆਈ, ਕੰਮ ਕਰਦਿਆਂ ਕੋਲੋਂ ਵਿਚਾਰ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਤੁਸੀਂ ਬਖਸ਼ਿੰਦ ਹੋ। ਉਹ ਵਾਹਿਗੁਰੂ ਅਕਾਲ ਪੁਰਖ ਬਖਸ਼ਣ ਵਾਲਾ, ਜੇ ਅਸੀਂ ਬਾਲਕ ਵਾਂਗੂ ਗਲਤੀ ਮੰਨ ਲਈਏ ਤਾਂ ਉਹ ਗਲਤੀ ਤਾਂ ਬਖਸ਼ੀ ਜਾ ਸਕਦੀ, ਪਰ ਜਾਣ ਬੁੱਝ ਕੇ ਕੀਤੀ ਹੋਈ ਗਲਤੀ ਬਖਸ਼ੀ ਨਹੀਂ ਜਾ ਸਕਦੀ। ਇਹ ਸੱਚ ਹੈ, ਸਤਿਗੁਰ ਮੇਰਾ ਸਦਾ ਦਇਆਲਾ, ਮੋਹੇ ਦੀਨ ਕੋ ਰੱਖ ਲਿਆ। ਮਹਾਰਾਜ ਸਾਨੂੰ ਯਕੀਨ ਦਵਾਉਂਦੇ ਨੇ ਕਿ ਮੇਰਾ ਸਤਿਗੁਰੂ ਉਹ ਤਾਂ ਹਮੇਸ਼ਾ ਹੀ ਦਇਆ ਦੇ ਘਰ ਵਿੱਚ, ਉਹ ਤਾਂ ਦਇਆਲੂ ਹੈ। ਮੈਨੂੰ ਗਰੀਬ ਨੂੰ ਪੱਲੇ ਕੁਝ ਵੀ ਨਹੀਂ ਸੀ, ਕੋਈ ਗੁਣ ਨਹੀਂ ਸੀ, ਪਰ ਫਿਰ ਵੀ ਰੱਖ ਲਿਆ ਦੇ। ਗੁਣ ਨਾ ਹੋਣ ਕਰਕੇ ਔਗੁਣਾਂ ਨਾਲ ਭਰੇ ਹੋਏ ਨੂੰ ਫਿਰ ਵੀ ਰੱਖ ਲਿਆ, ਕਿਉਂ? ਕਿਉਂਕਿ ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਔਗਣਿਆ। ਸਤਿਗੁਰ ਵਿੱਚ ਗੁਣ ਹੈ, ਸਾਨੂੰ ਯਕੀਨ ਦਵਾਉਂਦੇ ਨੇ ਮਹਾਰਾਜ ਕਿ ਉਹ ਮੇਰਾ ਸਤਿਗੁਰੂ ਦਿਆਲੂ ਹੈ, ਕਿਰਪਾਲੂ ਹੈ। ਵੇਖੋ ਮੋਹੇ ਦੀਨ ਕੋ ਰੱਖ ਲਿਆ, ਕਾਟਿਆ ਰੋਗ ਮਹਾਂ ਸੁੱਖ ਪਾਇਆ। ਅਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਮੇਰਾ ਰੋਗ ਕੱਟ ਦਿੱਤਾ। ਦੁਨੀਆਂ ਦਾ ਸਭ ਤੋਂ ਵੱਡਾ ਰੋਗ ਮਨੁੱਖ ਦਾ ਹਉਮੈ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੀ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ। ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਮਹਾਂ ਰੋਗ ਮਹਾਂ ਸੁੱਖ ਪਾਇਆ। ਕਹਿੰਦੇ ਸਾਨੂੰ ਮਹਾਂ ਸੁੱਖ, ਨਾਮ ਦਾ ਸੁੱਖ, ਮਿਲਾਪ ਦਾ ਸੁੱਖ ਪ੍ਰਾਪਤ ਹੋਇਆ, ਹਰ ਅੰਮ੍ਰਿਤ ਮੁੱਖ ਨਾਮ ਦੀਆ। ਅਤੇ ਸਤਿਗੁਰੂ ਨੇ ਸਾਨੂੰ ਨਾਮ ਰੂਪੀ ਅੰਮ੍ਰਿਤ ਮੁੱਖ ਵਿੱਚ ਦੇ ਦਿੱਤਾ, ਇਹ ਕਿਰਪਾ ਕੀਤੀ। ਰਹਾਓ ਅਣਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਕਤ ਪਏ। ਕਹਿੰਦੇ ਮੇਰੇ ਅਨੇਕਾਂ ਹੀ ਪਾਪਾਂ ਨੂੰ ਦੂਰ ਕਰਕੇ, ਬੰਧਨਾਂ ਨੂੰ ਕੱਟ ਕੇ ਸਾਨੂੰ ਜਿਉਂਦੇ ਜੀ ਮੁਕਤ ਕਰ ਦਿੱਤਾ। ਸਤਿਗੁਰੂ ਨੇ ਬੜੀ ਕਿਰਪਾ ਕੀਤੀ। ਅੰਧ ਕੂਪ ਮਹਾਂ ਘੋੜ ਤੇ, ਬਾਂਹ ਪਕੜ ਗੁਰ ਕਾਢ ਲਈਏ। ਇਹ ਅੰਨਾ ਖੂਹ ਹੈ ਇਹ ਸੰਸਾਰ, ਅਗਿਆਨਤਾ ਦੇ ਹਨੇਰੇ ਤੋਂ ਸਤਿਗੁਰਾਂ ਨੇ ਕਿਰਪਾ ਕੀਤੀ, ਸਾਨੂੰ ਬਾਂਹ ਫੜ ਕੇ ਬਾਹਰ ਕੱਢ ਲਿਆ ਆਪ ਸਹਾਇਤਾ ਕਰਕੇ। ਨਿਰਭਉ ਭਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ। ਦੇਖੋ ਨਿਰਭਉ ਜਪੈ ਸਗਲ ਭਉ ਮਿਟੈ, ਜਦੋਂ ਅਸੀਂ ਨਿਰਭਉ ਨੂੰ ਜਪਿਆ ਅਸੀਂ ਨਿਰਭਉ ਹੋ ਗਏ। ਅਤੇ ਮਹਾਰਾਜ ਕਹਿੰਦੇ ਸਾਰੇ ਦੁੱਖ ਮਿਟ ਗਏ, ਸਾਰੇ ਭਉ ਚਲੇ ਗਏ, ਡਰ ਚਲੇ ਗਏ। ਉਸ ਰੱਖਣਹਾਰ ਯੋਗਤਾ ਰੱਖਣ ਵਾਲੇ ਵਾਹਿਗੁਰੂ ਕਾਲ ਪੁਰਖ ਨੇ ਸਾਨੂੰ ਰੱਖ ਲਿਆ। ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ। ਹੇ ਪ੍ਰਭੂ, ਤੂੰ ਸਾਨੂੰ ਐਸੀ ਦਿੱਤੀ ਦਾਤ ਨਾਮ ਦੀ ਕਿ ਮੇਰੇ 'ਤੇ ਸਾਰੇ ਕਾਰਜ ਸਵਰ ਗਏ।
ਗੁਣ ਨਿਧਾਨ ਸਾਹਿਬ ਮਨ ਮੇਲਾ, ਸ਼ਰਨ ਪਿਆ ਨਾਨਕ ਸੋਹੇਲਾ। ਅਖੀਰ 'ਚ ਫਿਰ ਮਹਾਰਾਜ ਨੇ ਫੈਸਲਾ ਦਿੱਤਾ ਬੜਾ ਵਧੀਆ ਸਾਨੂੰ ਕਿ ਗੁਣ ਨਿਧਾਨ ਸਾਹਿਬ ਮਨ ਮੇਲਾ, ਉਹ ਸਾਹਿਬ ਮੇਰਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਪਰ ਮੇਰਾ ਮੇਲ ਮਨ ਦੁਆਰਾ ਹੋਇਆ ਉਹਦੇ ਨਾਲ, ਸਰੀਰ ਦੀ ਕੋਈ ਗੱਲ ਨਹੀਂ ਹੋ ਰਹੀ ਇੱਥੇ। ਮੈਂ ਕਹਿੰਦਾ ਮਨ ਨੰਨੇ ਨੂੰ ਸਿਹਾਰੀ ਹੈ, ਮਨ ਦੁਆਰਾ ਮੇਰਾ ਮੇਲ ਉਸ ਮਾਲਕ ਨਾਲ ਹੋਇਆ। ਸ਼ਰਨ ਪਿਆ ਨਾਨਕ ਸੋਹੇਲਾ, ਮੈਂ ਕਹਿੰਦਾ ਜਦੋਂ ਦਾ ਮੈਂ ਉਸਦੀ ਸ਼ਰਨ ਵਿੱਚ ਆਇਆ ਮੈਂ ਤਾਂ ਸੁਖੀ ਹੋ ਗਿਆ, ਦੁਨੀਆਂ ਦੇ ਸਾਰੇ ਸੁੱਖ ਮੈਨੂੰ ਪ੍ਰਾਪਤ ਹੋ ਗਏ, ਸੋਹੇਲਾ ਹੋ ਗਿਆ ਮੈਂ, ਸ਼ਰਨ ਪਿਆ। ਸ਼ਰਨ ਪੈ ਕੇ ਉਸ ਮਾਲਕ ਦੇ ਜੇ ਸੁੱਖ ਚਾਹੁੰਦਾ ਤਾਂ ਸ਼ਰਨ ਵਿੱਚ ਚਲਾ ਜਾ, ਮਨ ਦੁਆਰਾ ਉਹਦੇ ਮੇਲ ਹੈ, ਇਸ ਕਰਕੇ ਮਨ ਕਰਕੇ ਉਸ ਮਾਲਕ ਨਾਲ ਮੇਲ ਕਰਨਾ ਕਰ, ਜੁੜਨਾ ਕਰ। ਵਧੀਆ ਭੁੱਲਾਂ ਦੀ ਖਿਮਾ ਮੰਗਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੀ, ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੀ।